स्टूडेंट्स इन दिस भीडियो वी विल डू चैप्टर नंबर वन बुक एक्सरसाइज देखो पेज नंबर सैवन सही उत्तर चुनो नंबर वन बोलचाल भाषा न होर की कहा जाता है ऑप्शन है साढ़े को लिखती भाषा राष्ट्रीय भाषा ਮੌਖਿਕ ਭਾਸ਼ਾ ਜਾਂ ਮਾ ਬੋਲੀ ਸਾਡਾ ਰਾਈਟ ਆਨਸਰ ਹੈ ਮੌਖਿਕ ਭਾਸ਼ਾ ਬੋਲ ਚਾਲਦੀ ਭਾਸ਼ਾ ਨੂੰ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ ਨੰਬਰ 2 ਇਹਨਾਂ ਵਿੱਚੋਂ ਕਿਸ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ ਫਸਟ ਆਪਸ਼ਨ ਹੈ ਅੰਗਰੇਜ਼ੀ ਦੈਨ ਪੰਜਾਬੀ ਲਾਸਟ ਹੈ ਉਰਦੂ ਸੌਰੀ ਨੈਕਸਟ ਵਨ ਉਰਦੂ ਲਾਸਟ ਹੈ ਫਾਰਸੀ ਤੇ ਰਾਈਟ ਆਨਸਰ ਹੈ ਅੰਗਰੇਜ਼ੀ ਇਹਨਾਂ ਵਿੱਚੋਂ ਕਿਸ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ ਅੰਗਰੇਜ਼ੀ ਇੰਟਰਨੈਸ਼ਨਲ ਲੈਂਗੁਏਜ ਨੰਬਰ 3 ਮਾਂ ਬੋਲੀ ਬੱਚਾ ਕਿੱਥੋਂ ਸਿੱਖਦਾ ਹੈ ਕਿਤਾਬਾਂ ਵਿੱਚੋਂ ਦੋਸਤਾਂ ਕੋਲੋਂ ਅਧਿਆਪਕਾਂ ਕੋਲੋਂ ਆਪਣੇ ਪਰਿਵਾਰ ਕੋਲੋਂ ਰਾਈਟ ਆਨਸਰ ਹੈ ਆਪਣੇ ਪਰਿਵਾਰ ਕੋਲੋਂ ਮਾਂ ਬੋਲੀ ਬੱਚਾ ਕਿੱਥੋਂ ਸਿੱਖਦਾ ਹੈ ਆਪਣੇ ਪਰਿਵਾਰ ਕੋਲੋਂ ਟਰਨ ਯੋਰ ਪੇਜ ਸਟੂਡੈਂਟਸ ਨੈਕਸਟ ਕੁਐਸ਼ਨ ਹੈ ਫ੍ਰਾਂਸ ਦੇ ਲੋਕਾਂ ਦੀ ਮੁੱਖ ਭਾਸ਼ਾ ਕਿਹੜੀ ਹੈ ਫ੍ਰੈਂਚ ਸਪੈਨੀ ਅੰਗਰੇਜ਼ੀ ਜਾਂ ਜਰਮਨ ਰਾਈਟ ਆਨਸਰ ਹੈ ਫ੍ਰੈਂਚ ਫ੍ਰਾਂਸ ਦੇ ਲੋਕਾਂ ਦੀ ਮੁੱਖ ਭਾਸ਼ਾ ਫ੍ਰੈਂਚ ਹੈ ਨੈਕਸਟ ਕੁਐਸਚਨ ਹੈ ਐਡ ਅਪਾਰਟ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ ਫਸਟ ਸੈਂਟੈਂਸ ਹੈ ਭਾਸ਼ਾ ਡੈਸ਼ ਪ੍ਰਕਾਰ ਦੀ ਹੁੰਦੀ ਹੈ ਦੋ ਆਪਸ਼ਨ ਹੈ ਸਾਡੇ ਕੋਲ ਇੱਕ ਗਲਤ ਹੈ ਇੱਕ ਠੀਕ ਹੈ ਤਾਂ ਦੋ ਇਜ਼ ਅ ਰਾਈਟ ਆਨਸਰ ਭਾਸ਼ਾ ਦੋ ਪ੍ਰਕਾਰ ਦੀ ਹੁੰਦੀ ਹੈ ਨੰਬਰ 2 ਪੰਜਾਬੀਆਂ ਦੀ ਮਾਂ ਬੋਲੀ ਡੈਸ਼ ਹੈ ਰਾਈਟ ਆਨਸਰ ਇਜ਼ ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਹੈ ਨੰਬਰ 3 ਡੈਸ਼ ਭਾਸ਼ਾ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਬੋਲੀ ਤੇ ਸਮਝੀ ਜਾਣ ਵਾਲੀ ਭਾਸ਼ਾ ਨੂੰ ਕਿਹਾ ਜਾਂਦਾ ਹੈ ਰਾਈਟ ਆਨਸਰ ਇਜ਼ ਰਾਸ਼ਟਰੀ ਰਾਸ਼ਟਰੀ ਭਾਸ਼ਾ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਬੋਲੀ ਤੇ ਸਮਝੀ ਜਾਣ ਵਾਲੀ ਭਾਸ਼ਾ ਨੂੰ ਕਿਹਾ ਜਾਂਦਾ ਹੈ ਨੰਬਰ 4 बच्चा मां बोली अपने डैश ਵਿੱਚ ਸਿੱਖਦਾ ਹੈ ਆਨਸਰ ਆਏਗਾ ਬਚਪਨ ਬੱਚਾ मां बोली ਆਪਣੇ ਬਚਪਨ ਵਿੱਚ ਸਿੱਖਦਾ ਹੈ ਨੰਬਰ 5 ਲਿਖ ਕੇ ਆਪਣੇ ਵਿਚਾਰ ਪ੍ਰਗਟਾਉਣਾ डैश ਭਾਸ਼ਾ ਦਾ ਰੂਪ ਅਖਵਾਉਂਦਾ ਹੈ ਰਾਈਟ ਆਨਸਰ ਇਜ਼ ਲਿਖਤੀ ਲਿਖ ਕੇ ਆਪਣੇ ਵਿਚਾਰ ਪ੍ਰਗਟਾਉਣਾ ਲਿਖਤੀ ਭਾਸ਼ਾ ਦਾ ਰੂਪ ਅਖਵਾਉਂਦਾ ਹੈ ਨੈਕਸਟ ਦੇਖੋ ਸਸਾ ਪਾਰਟ ਹੈ ਦਿੱਤੇ ਗਏ ਚਿੱਤਰ ਭਾਸ਼ਾ ਦੇ ਕਿਹੜੇ ਰੂਪ ਮੌਖਿਕ ਜਾਂ ਲਿਖਤੀ ਨੂੰ ਦਰਸਾਉਂਦੇ ਹਨ ਹੇਠਾਂ ਦਿੱਤੀ ਗਈ ਜਗ੍ਹਾ ਵਿੱਚ ਲਿਖੋ ਦੇਖੋ ਇਹ ਕੁਝ ਚਿੱਤਰ ਦਿੱਤੇ ਗਏ ਐ ਤੁਹਾਨੂੰ ਤੁਸੀ ਦੱਸਣਾ ਹੈ ਕਿ ਭਾਸ਼ਾ ਦੇ ਕਿਹੜੇ ਰੂਪ ਹਨ ਇਹ ਬੁੱਕ ਦਿੱਤੀ ਹੈ ਕਿਹੜਾ ਰੂਪ ਹੈ ਲਿਖਤੀ ਨੈਕਸਟ ਟ੍ਰਾਂਜਿਸਟਰ ਹੈ ਮੌਖਿਕ ਮੂੰਹ ਨਾਲ ਬੋਲਿਆ ਗਿਆ ਇਹਦੇ ਵਿੱਚ ਜਿਹੜਾ ਹੈ ਉਹ ਭਾਸ਼ਾ ਦਾ ਰੂਪ ਹੈ মৌখিক ਅੱਗੇ ਹੈ ਨਿਊਜ਼ਪੇਪਰ ਹੈ ਲਿਖਤੀ ਰੂਪ ਹੈ ਭਾਸ਼ਾ ਦਾ ਅੱਗੇ ਕੀ ਹੈ ਅਨਾਉਂਸਮੈਂਟ ਹੋ ਰਹੀ ਹੈ ਸਪੀਕਰ ਦੇ ਵਿੱਚ ਬੰਦਾ ਆਪਣੇ ਜਿਹੜੇ ਵਿਚਾਰ ਹੈ ਉਹ ਦੱਸ ਰਿਹਾ ਹੈ মৌখিক ਇਹ মৌখিক ਭਾਸ਼ਾ ਦਾ ਰੂਪ ਹੈ ਠੀਕ ਹੈ ਐਸੇ ਤਰ੍ਹਾਂ ਤੁਸੀਂ ਆਪਣੀ ਬੁੱਕ ਦੇ ਵਿੱਚ ਲਿਖ ਲਓ ਹੁਣ ਅਸੀਂ ਇਹ ਜਿਹੜੇ ਕੁਐਸਚਨ ਆਨਸਰਸ ਹੈ ਨਾ ਇਹ ਅਸੀਂ ਆਪਣੀ ਕਾਪੀ ਦੇ ਉੱਪਰ ਕਰਾਂਗੇ ਦੇਖੋ इस तरह आज दी डेट पाओ लैफ्ट साइड से हैडिंग लिखो चैप्टर नंबर वन व्याकरण पेज नंबर एट ईडी पार्ट है उत्तर दो देखो क्वेश्चन नंबर वन भाषा किन्ने किस्म की होंगी है उत्तर आएगा भाषा दो होंगी है ਨੰਬਰ 1 ਮੌਖਿਕ ਭਾਸ਼ਾ ਨੰਬਰ 2 ਲਿਖਤੀ ਭਾਸ਼ਾ ਇਸੇ ਤਰ੍ਹਾਂ ਤੁਸੀਂ ਦੋ ਲਾਈਨਾਂ ਛੱਡ ਕੇ ਨੈਕਸਟ ਕੁਐਸਚਨ ਲਿਖਣਾ ਹੈ ਕੁਐਸਚਨ ਨੰਬਰ 2 ਰਾਸ਼ਟਰੀ ਭਾਸ਼ਾ ਤੋਂ ਕੀ ਭਾਵ ਹੈ ਉੱਤਰ ਆਏਗਾ ਪੂਰੇ ਦੇਸ਼ ਵਿੱਚ ਸਭ ਤੋਂ ਵੱਧ ਬੋਲੀ ਤੇ ਸਮਝੀ ਜਾਣ ਵਾਲੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 3 ਪੰਜਾਬ ਵਿੱਚ ਕਿਹੜੀਆਂ-ਕਿਹੜੀਆਂ ਪਸ਼ਾਵਾਂ ਆਮ ਤੌਰ ਤੇ ਬੋਲੀਆਂ ਜਾਂਦੀਆਂ ਹਨ ਆਨਸਰ ਆਏਗਾ ਸਾਡਾ ਪੰਜਾਬੀ ਹਿੰਦੀ ਅਤੇ ਅੰਗਰੇਜ਼ੀ ਹੁਣ ਤੁਸੀਂ ਇਹ ਜਿਹੜੇ ਕੁਐਸਚਨ ਹੈ ਆਪਣੀ ਪੰਜਾਬੀ ਕਾਪੀ ਦੇ ਉੱਪਰ ਲਿਖ ਲੈਣੇ ਹੈ ਅਤੇ ਇਹਨਾਂ ਨੂੰ ਯਾਦ ਕਰਨਾ ਹੈ ਯਾਦ ਕਰਨ ਤੋਂ ਬਾਅਦ ਤੁਸੀਂ ਰਫ ਕਾਪੀ ਦੇ ਉੱਪਰ ਲਿਖ ਕੇ ਦੇਖਣੇ ਹੈ ਜੋ ਵੀ ਮਿਸਟੇਕਸ ਹੋਣਗੀਆਂ ਉਹਨਾਂ ਨੂੰ ਤੁਸੀਂ 5 5 ਟਾਈਮਸ ਲਿਖਣਾ ਹੈ ਅਤੇ ਨਾਲ ਹੀ ਤੁਸੀਂ ਚੈਪਟਰ ਨੂੰ ਚੰਗੀ ਤਰ੍ਹਾਂ ਰੀਡ ਕਰਨਾ ਹੈ ਤੁਹਾਨੂੰ ਚੈਪਟਰ ਦੇ ਵਿੱਚੋਂ ਵੀ ਕੁਐਸਚਨ ਪੁੱਛੇ ਜਾ ਸਕਦੇ ਹੈ ओके स्टूडेंट्स बाय